ਅੱਖਾਂ ਕਰਕੇ ਗਿਣਨ ਲੱਗੀਏ ਤਾਂ ਘੱਟ ਪੈ ਜਾ। ਸੋ ਕਲਗੀਧਰ ਪਾਤਸ਼ਾਹ ਦੇ ਉਪਕਾਰਾਂ ਨੂੰ ਸਮਰਪਿਤ ਇੱਕ ਧਾਰਮਿਕ ਗੀਤ ਤਰੰਨਮ ਵਿੱਚ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੈ। ਸੋ ਅਸੀਸ ਬਖਸ਼ਣਾ ਜੀ। ਕੋਈ ਮੁੱਲ ਨਹੀਂ ਤਾਰਿਆ ਜਾ ਸਕਦਾ, ਕੋਈ ਮੁੱਲ ਨਹੀਂ ਤਾਰਿਆ ਜਾ ਸਕਦਾ, ਕਲਗੀਧਰ ਦੇ ਉਪਕਾਰਾਂ ਦਾ ਕੋਈ ਅੰਤ ਨਹੀਂ ਪਾਰਾ ਵਾਰ ਨਹੀਂ, ਕੋਈ ਅੰਤ ਨਹੀਂ ਪਾਰਾ ਵਾਰ ਨਹੀਂ, ਉਹਦੀ ਰਹਿਮਤ ਦੇ ਭੰਡਾਰਾਂ ਦਾ ਕੋਈ ਮੁੱਲ ਨਹੀਂ ਤਾਰਿਆ ਜਾ ਸਕਦਾ, ਕਲਗੀਧਰ ਦੇ ਉਪਕਾਰਾਂ ਦਾ ਕੋਈ ਮੁੱਲ ਨਹੀਂ ਤਾਰਿਆ ਜਾ ਸਕਦਾ। ਅੱਜ ਪਟਨਾ ਸਾਹਿਬ ਦੀ ਧਰਤੀ ਤੇ ਅਰਸ਼ਾਂ ਨੇ ਚਾਨਣ ਛੂਇਆ ਹੈ, ਅੱਜ ਪਟਨਾ ਸਾਹਿਬ ਦੀ ਧਰਤੀ ਤੇ ਅਰਸ਼ਾਂ ਨੇ ਚਾਨਣ ਛੂਇਆ ਹੈ, ਦੀਦਾਰ ਕਰਨ ਲਈ ਭੀਖਣ ਤੇਰੇ ਦਰ ਤੇ ਆਣ ਖਲੋਇਆ ਹੈ, ਦੀਦਾਰ ਕਰਨ ਲਈ ਭੀਖਣ ਤੇਰੇ ਦਰ ਤੇ ਆਣ ਖਲੋਇਆ ਹੈ, ਤੇਰੇ ਦਰ ਤੇ ਆਣ ਖਲੋਇਆ ਹੈ। ਪਤ ਚੜਦਾ ਮੌਸਮ ਮੁੱਕ ਚੁੱਕਿਆ, ਪਤ ਚੜਦਾ ਮੌਸਮ ਮੁੱਕ ਚੁੱਕਿਆ, ਮੁੜ ਆਇਆ ਸਮਾਂ ਬਹਾਰਾਂ ਦਾ ਕੋਈ ਮੁੱਲ ਨਹੀਂ ਤਾਰਿਆ ਜਾ ਸਕਦਾ, ਕਲਗੀਧਰ ਦੇ ਉਪਕਾਰਾਂ ਦਾ ਕੋਈ ਮੁੱਲ ਨਹੀਂ ਤਾਰਿਆ ਜਾ ਸਕਦਾ। ਜਦ ਦੇਸ਼ ਤੇ ਚੱਖੜ ਚੁੱਲਿਆ ਸੀ, ਜਦ ਦੇਸ਼ ਤੇ ਚੱਖੜ ਚੁੱਲਿਆ ਸੀ, ਮੁਗਲਾਂ ਦੇ ਅਤਿਆਚਾਰਾਂ ਦਾ ਉਸ ਕਠਨ ਸਮੇਂ ਚੰਨ ਗੁਜਰੀ ਦਾ ਬਣਿਆ ਦਰਦ ਦੁਖਿਆਰਾਂ ਦਾ, ਉਸ ਕਠਨ ਸਮੇਂ ਚੰਨ ਗੁਜਰੀ ਦਾ ਬਣਿਆ ਦਰਦ ਦੁਖਿਆਰਾਂ ਦਾ, ਬਣਿਆ ਦਰਦ ਦੁਖਿਆਰਾਂ ਦਾ ਕੋਈ ਮੁੱਲ ਨਹੀਂ ਤਾਰਿਆ ਜਾ ਸਕਦਾ, ਕਲਗੀਧਰ ਦੇ ਉਪਕਾਰਾਂ ਦਾ ਕੋਈ ਅੰਤ ਨਹੀਂ ਪਾਰਾ ਵਾਰ ਨਹੀਂ, ਉਹਦੀ ਰਹਿਮਤ ਦੇ ਭੰਡਾਰਾਂ ਦਾ ਕੋਈ ਮੁੱਲ ਨਹੀਂ ਤਾਰਿਆ ਜਾ ਸਕਦਾ। ਸਾਧ ਸੰਗਤ ਜੀ, ਕਾਬਲੇ ਗੌਰ ਬੰਦ ਹੈ।
ਵਰ ਕੇ ਇਤਿਹਾਸ ਦੇ ਦੱਸਦੇ ਨੇ ਕਲਗੀਧਰ ਦਾ ਕੋਈ ਸਾਨੀ ਨਹੀਂ ਵਰ ਕੇ ਇਤਿਹਾਸ ਦੇ ਦੱਸਦੇ ਨੇ ਕਲਗੀਧਰ ਦਾ ਕੋਈ ਸਾਨੀ ਨਹੀਂ ਉਸ ਵਰਗਾ ਸੰਤ ਸਿਪਾਹੀ ਨਹੀਂ ਤਿਆਗੀ ਸਰਬੰਸ ਦਾ ਦਾਨੀ ਨਹੀਂ ਉਸ ਵਰਗਾ ਸੰਤ ਸਿਪਾਹੀ ਨਹੀਂ ਤਿਆਗੀ ਸਰਬੰਸ ਦਾ ਦਾਨੀ ਨਹੀਂ ਸਿਆਗੀ ਸਰਬੰਸ ਦਾ ਦਾਨੀ ਨਹੀਂ ਉਹਦੀ ਕਿਰਪਾ ਸਦਕੇ ਨਾਮ ਉੱਚਾ ਉਹਦੀ ਕਿਰਪਾ ਸਦਕੇ ਨਾਮ ਉੱਚਾ ਸਾਡੇ ਸਿਰ ਸੱਜੀਆਂ ਦਸਤਾਰਾਂ ਦਾ ਕੋਈ ਮੁੱਲ ਨਹੀਂ ਤਾਰਿਆ ਜਾ ਸਕਦਾ ਕਲਗੀਧਰ ਦੇ ਉਪਕਾਰਾਂ ਦਾ ਕੋਈ ਅੰਤ ਨਹੀਂ ਪਾਰਾ ਵਾਰ ਨਹੀਂ ਉਹਦੀ ਰਹਿਮਤ ਦੇ ਭੰਡਾਰਾਂ ਦਾ ਕੋਈ ਮੁੱਲ ਨਹੀਂ ਤਾਰਿਆ ਜਾ ਸਕਦਾ ਸਤਸੰਗ ਜੀ ਫੁਰਮਾਨ ਕਲਗੀਆਂ ਵਾਲੇ ਦਾ ਸ਼ੁਭ ਕਰਮਨ ਤੇ ਕਬ ਹੋਣਾ ਡਰੋ ਫੁਰਮਾਨ ਕਲਗੀਆਂ ਵਾਲੇ ਦਾ ਸ਼ੁਭ ਕਰਮਨ ਤੇ ਕਬ ਹੋਣਾ ਡਰੋ ਨਾ ਡਰੋ ਅਰ ਸੋ ਜਬ ਜਾਏ ਲਰੋ ਨਿਸ਼ਚੈ ਕਰ ਆਪਣੀ ਜੀਤ ਕਰੋ ਨਾ ਡਰੋ ਅਰ ਸੋ ਜਬ ਜਾਏ ਲਰੋ ਨਿਸ਼ਚੈ ਕਰ ਆਪਣੀ ਜੀਤ ਕਰੋ ਨਿਸ਼ਚੈ ਕਰ ਆਪਣੀ ਜੀਤ ਕਰੋ ਉਹਨਾਂ ਤੀਗ ਦੀ ਕਲਮ ਬਣਾ ਲਿਖਿਆ ਉਹਨਾਂ ਤੀਗ ਦੀ ਕਲਮ ਬਣਾ ਲਿਖਿਆ ਪਰ ਸੰਗ ਚੰਡੀ ਦੀਆਂ ਵਾਰਾਂ ਦਾ ਕੋਈ ਮੁੱਲ ਨਹੀਂ ਤਾਰਿਆ ਜਾ ਸਕਦਾ ਸਤਸੰਗ ਜੀ ਰਸਨਾ ਪਵਿੱਤਰ ਕਰੋ ਜੇ ਆਪ ਜੀ ਵੀ ਮੇਰੇ ਨਾਲ ਜੁੜ ਗਏ ਤੇ ਇਹ ਗਾਣਾ ਸਾਰਥਕ ਹੋ ਜਾਏਗਾ ਕਿ ਕੋਈ ਮੁੱਲ ਨਹੀਂ ਤਾਰਿਆ ਜਾ ਸਕਦਾ ਕੋਈ ਮੁੱਲ ਨਹੀਂ ਤਾਰਿਆ ਜਾ ਸਕਦਾ ਕਲਗੀਧਰ ਦੇ ਉਪਕਾਰਾਂ ਦਾ ਕੋਈ ਅੰਤ ਨਹੀਂ ਪਾਰਾ ਵਾਰ ਨਹੀਂ ਉਹਦੀ ਰਹਿਮਤ ਦੇ ਭੰਡਾਰਾਂ ਦਾ ਕੋਈ ਮੁੱਲ ਨਹੀਂ ਤਾਰਿਆ ਜਾ ਸਕਦਾ ਸਤਸੰਗ ਜੀ ਅਗਲਾ ਬੰਦ ਹੈ ਖਾਲਸੇ ਪੰਥ ਦੀ ਸਾਜਨਾ ਸ਼੍ਰੀ ਅਨੰਦਪੁਰ ਸਾਹਿਬ 'ਚ ਹੋਈ ਸੀ ਅਤੇ ਅੰਮ੍ਰਿਤ ਦੀ ਦਾਤ ਸਾਡੀ ਝੋਲੀ ਵਿੱਚ ਪਈ ਸੋ ਅੰਮ੍ਰਿਤ ਦੀ ਦਾਤ ਨੂੰ ਨਾਲ ਰਿਲੇਟਿਡ ਇਹ ਬੰਦ ਹੈ ਕਿ ਤੇਰੇ ਅੰਮ੍ਰਿਤ ਦੀ ਧਨ ਸ਼ਕਤੀ ਨੇ ਤੇਰੇ ਅੰਮ੍ਰਿਤ ਦੀ ਧਨ ਸ਼ਕਤੀ ਨੇ ਗਿੱਦੜਾ ਤੋਂ ਸ਼ੇਰ ਬਣਾ ਦਿੱਤੇ ਤੇਰੇ ਅੰਮ੍ਰਿਤ ਦੀ ਧਨ ਸ਼ਕਤੀ ਨੇ ਗਿੱਦੜਾ ਤੋਂ ਸ਼ੇਰ ਬਣਾ ਦਿੱਤੇ
ਚਿੜੀਆਂ ਖਾ ਗਈਆਂ ਬਾਜਾਂ ਨੂੰ, ਰਾਠਾਂ ਸੰਗ ਰੰਗ ਲੜਾ ਦੇਤੇ, ਰਾਠਾਂ ਸੰਗ ਰੰਗ ਲੜਾ ਦੇਤੇ, ਚੰਦ ਵਾਂਗੂ ਨਾਮ ਚਮਕਦਾ ਹੈ, ਚੰਦ ਵਾਂਗੂ ਨਾਮ ਚਮਕਦਾ ਹੈ, ਤੇਰੇ ਸਾਜੇ ਸਿੰਘ ਸਰਦਾਰਾਂ ਦਾ ਕੋਈ ਮੁੱਲ ਨਹੀਂ ਤਾਰੇ ਆ ਜਾ ਸਕਦਾ, ਕਲਗੀਧਰ ਦੇ ਉਪਕਾਰਾਂ ਦਾ ਕੋਈ ਮੁੱਲ ਨਹੀਂ ਤਾਰੇ ਆ ਜਾ ਸਕਦਾ, ਕਲਗੀਧਰ ਦੇ ਉਪਕਾਰਾਂ ਦਾ ਕੋਈ ਅੰਤ ਨਹੀਂ, ਪਾਰਾਂ ਵਾਰੇ ਨਹੀਂ, ਉਹਦੀ ਰਹਿਮਤ ਦੇ ਭੰਡਾਰਾਂ ਦਾ ਕੋਈ ਮੁੱਲ ਨਹੀਂ ਤਾਰੇ ਆ ਜਾ ਸਕਦਾ। ਸਤਸੰਗ ਜੀ ਆਖਰੀ ਬੰਦ ਹੈ, ਚਮਕੌਰੇ ਦੇ ਯੁੱਧ ਵਿੱਚ ਲਾਲ ਤੇਰੇ ਦੋ ਟੋਟੇ ਟੋਟੇ ਹੋ ਗਏ ਸੀ, ਚਮਕੌਰੇ ਦੇ ਯੁੱਧ ਵਿੱਚ ਲਾਲ ਤੇਰੇ ਦੋ ਟੋਟੇ ਟੋਟੇ ਹੋ ਗਏ ਸੀ, ਸਿੱਖੀ ਦਾ ਮਹਿਲ ਉਸਾਰਨ ਲਈ ਦੋ ਕੰਧਾਂ ਵਿੱਚ ਖਲੋ ਗਏ ਸੀ, ਸਿੱਖੀ ਦਾ ਮਹਿਲ ਉਸਾਰਨ ਲਈ ਦੋ ਕੰਧਾਂ ਵਿੱਚ ਖਲੋ ਗਏ ਸੀ, ਦੋ ਕੰਧਾਂ ਵਿੱਚ ਖਲੋ ਗਏ ਸੀ, ਸਿਰ ਨੀਵਾਂ ਸਾਜਨ ਕਰ ਗਏ ਉਹ, ਸਿਰ ਨੀਵਾਂ ਸਾਜਨ ਕਰ ਗਏ ਉਹ, ਜ਼ਾਲਮ ਦੇ ਅਤਿਆਚਾਰਾਂ ਦਾ ਕੋਈ ਮੁੱਲ ਨਹੀਂ ਤਾਰੇ ਆ ਜਾ ਸਕਦਾ, ਕਲਗੀਧਰ ਦੇ ਉਪਕਾਰਾਂ ਦਾ ਕੋਈ ਅੰਤ ਨਹੀਂ, ਪਾਰਾਂ ਵਾਰੇ ਨਹੀਂ, ਉਹਦੀ ਰਹਿਮਤ ਦੇ ਭੰਡਾਰਾਂ ਦਾ ਕੋਈ ਮੁੱਲ ਨਹੀਂ ਤਾਰੇ ਆ ਜਾ ਸਕਦਾ, ਕਲਗੀਧਰ ਦੇ ਉਪਕਾਰਾਂ ਦਾ ਕੋਈ ਮੁੱਲ ਨਹੀਂ ਤਾਰੇ ਆ ਜਾ ਸਕਦਾ, ਕੋਈ ਮੁੱਲ ਨਹੀਂ ਤਾਰੇ ਆ ਜਾ ਸਕਦਾ, ਕੋਈ ਮੁੱਲ ਨਹੀਂ ਤਾਰੇ ਆ ਜਾ ਸਕਦਾ। ਬਹੁਤ ਬਹੁਤ ਧੰਨਵਾਦ ਆਪ ਸਾਰੀ ਸਾਧ ਸੰਗਤ ਦਾ, ਅਤੇ ਸਭ ਤੋਂ ਵੱਧ ਧੰਨਵਾਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਿ ਉਹਨਾਂ ਦੀ ਅਪਾਰ ਬਖਸ਼ਿਸ਼ ਸਦਕਾ ਮੈਂ ਆਪ ਜੀ ਦੇ ਦਰਸ਼ਨ ਦੀਦਾਰੀ ਕਰਨ ਯੋਗ ਹੋਈ, ਅਤੇ ਪ੍ਰਬੰਧਕ ਕਮੇਟੀ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਦਾਸ ਨੂੰ ਇੱਥੇ ਆਪ ਜੀ ਦੇ ਦਰਸ਼ਨ ਦੀਦਾਰੀ ਕਰਨ ਦਾ ਸੁਭਾਗ ਬਖਸ਼ਿਆ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣਾ ਜੀ, ਫਤਿਹ ਦੀ ਸਾਂਝ ਪਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸੀ ਬੇਟੀ ਜਤਿੰਦਰ ਕੌਰ ਜਿਹਨੇ ਬਹੁਤ ਹੀ ਖੂਬਸੂਰਤ ਢੰਗ ਨਾਲ ਦਸਮ ਪਾਤਸ਼ਾਹ ਦੇ ਉਪਕਾਰਾਂ ਨੂੰ ਯਾਦ ਕਰਕੇ ਸਾਨੂੰ ਉਹਨਾਂ ਦੀਆਂ ਕੀਤੀਆਂ ਹੋਈਆਂ ਮਿਹਰਬਾਨੀਆਂ ਯਾਦ ਕਰਾਈਆਂ ਨੇ। ਸਾਧ ਸੰਗਤ ਜੀ, ਅਸੀਂ ਬਹੁਤਾ ਸਮਾਂ ਹੁਣ ਤੁਹਾਡਾ ਲੈਣਾ ਨਹੀਂ, ਥੋੜ੍ਹੀ ਦੇਰ ਬੈਠਣ ਦੀ ਕੋਸ਼ਿਸ਼ ਕਰੋ,
ਅਸੀਂ ਤਿੰਨਾਂ ਕਵੀਆਂ ਨੇ ਸਿਰਫ ਪੰਜ ਪੰਜ ਮਿੰਟ ਤੁਹਾਡੇ ਲੈਣੇ ਹੈ। ਪ੍ਰਬੰਧਕਾਂ ਵੱਲੋਂ ਸਾਨੂੰ ਹੁਕਮ ਹੋ ਚੁੱਕਿਆ ਹੈ ਸਿਰਫ ਚੋਣਵੇਂ ਸ਼ੇਰ ਅਸੀਂ ਕਹਿਣੇ ਹੈ। ਸਰਦਾਰ ਰਣਜੀਤ ਸਿੰਘ ਜੀ, ਸਰਦਾਰ ਉੱਜਲ ਸਿੰਘ ਜੀ, ਸਰਦਾਰ ਬਲਕਾਰ ਸਿੰਘ ਵੱਲੋਂ 100-100 ਤਮੜਾ ਬੇਟੀ ਨੂੰ ਇਨਾਮ ਵਜੋਂ ਦਿੱਤਾ ਗਿਆ। ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ, ਸਾਜਨ ਜੀ ਨੂੰ ਬੇਨਤੀ ਕਰਦਾ ਕਿ ਬਿਹਤਰੀਨ ਔਰ ਛੋਟੀ ਕਵਿਤਾ ਕਹਿ ਕੇ ਸੰਗਤਾਂ ਨੂੰ ਨਿਹਾਲ ਕਰੋ। ਇਹਨਾਂ ਤੋਂ ਬਾਅਦ ਵਾਸੂ ਜੀ ਤਿਆਰ ਰਹਿਣ, ਉਹਨਾਂ ਤੋਂ ਬਾਅਦ 2-4 ਸ਼ੇਅਰ